ਗੁਰੂ ਰੂਪ ਸਾਧ ਸੰਗਤ ਜੀ ਵੀ ਸੰਗਤ ਹਰ ਪਰ ਵਸੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਦਿਲ ਪ੍ਰਸੰਨ ਹੋਇਆ ਹੈ। ਇਹ ਬੜੀ ਭਾਗਾਂ ਵਾਲੀ ਧਰਤੀ ਹੈ ਜਿੱਥੇ ਅਕਾਲ ਅਕੈਡਮੀ ਖੁੱਲ੍ਹ ਰਹੀ ਹੈ ਔਰ ਬੜੇ ਬੜੇ ਮਹਾਂਪੁਰਸ਼ਾਂ ਨੇ ਆ ਕੇ ਇੱਥੇ ਚਰਨ ਪਾਏ ਨੇ ਔਰ ਅਸੀਸਾਂ ਦਿੱਤੀਆਂ ਨੇ, ਜਿਨ੍ਹਾਂ ਵਿੱਚੋਂ ਗੁਰੂ ਨਾਨਕ ਦੇਵ ਜੀ ਦੇ ਕੁਲ ਦੇ ਵਿੱਚੋਂ ਉਹਨਾਂ ਸਾਹਿਬ ਦੇ ਬੇਦੀ ਸਾਹਿਬ, ਰਾਮ ਕੌਰ ਫੇੜੇ ਵਾਲੇ, ਇਹਨਾਂ ਦੇ ਅਤੇ ਮਹਾਂਪੁਰਸ਼ਾਂ ਨੇ ਜਾ ਕੇ ਉੱਥੇ ਬੜੂ ਸਾਹਿਬ ਪਹਿਲਾਂ ਕੱਚਾ ਗੁਰਦੁਆਰਾ ਬਣਾਇਆ, ਉਦੋਂ ਨਾਲ ਸੰਤ ਜੀ ਸੀ ਮਹਾਰਾਜ ਨਾਲ ਅਰਦਾਸ ਕੀਤੀ ਸੀ। ਸੋ ਇਹਨਾਂ ਬਾਕੀ ਹੋਰ ਮਹਾਂਪੁਰਸ਼ਾਂ ਦਾ ਵੀ ਬੜਾ ਅਸੀਂ ਸ਼ੁਕਰਗੁਜ਼ਾਰ ਕਰ ਰਹੇ ਹਾਂ, ਮੈਂ ਧੰਨਵਾਦ ਹਾਂ। ਇਹੋ ਹੀ ਅਸੀਂ ਚਾਹੁੰਦੇ ਹਾਂ ਕਿ ਸਾਡੇ 'ਤੇ ਆਪਣਾ ਸੀਸ ਹੱਸਦਾ ਅਸੀਸ ਰੱਖਣ ਸਿਰ 'ਤੇ, ਤਾਂ ਜੇ ਅਸੀਂ ਆਪਣਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਚਲਾਈ ਹੋਈ ਪਨੀਰੀ ਨੂੰ ਸੰਭਾਲ ਸਕੀਏ। ਗੁਰਮੁਖੋ ਇੱਕ ਅੰਗਰੇਜ਼ੀ 'ਚ ਮੁਹਾਵਰਾ ਆਉਂਦਾ, ਮਨੋਰਟੀ ਕੈਨ ਨਾਟ ਸਰਵਾਈਵ ਵਿਦਆਊਟ ਕੁਆਲਿਟੀ, ਮਨੋਰਟੀ ਕੈਨ ਨਾਟ ਸਰਵਾਈਵ ਵਿਦਆਊਟ ਕੁਆਲਿਟੀ। ਹੁਣੇ ਦੱਸਿਆ ਮਾਂ ਕਿਸੇ ਨੇ ਆਪਣਾ ਬਈ ਯਹੂਦੀ ਨੇ, ਦੇਖੋ ਸਾਡੋਂ ਅੱਧੀ ਕੌਮ ਆ, ਅੱਜ ਇਨਡਾਇਰੈਕਟਲੀ ਉਹ ਅਮੈਰੀਕਾ 'ਤੇ ਵੀ ਰਾਜ ਕਰ ਰਿਹਾ, ਇੱਕ ਨਵਾਂ ਮੁਲਕ ਬਣਾ ਲਿਆ ਉਹਨਾਂ ਨੇ, ਕਿਉਂਕਿ ਹਰ ਇੱਕ ਬੱਚਾ ਪੜ੍ਹਦਾ ਹੈ। ਯਹੂਦੀ ਮਾਂ ਆਪਣੇ ਬੱਚੇ ਨੂੰ ਸਕੂਲ 'ਚ ਆਪ ਛੱਡ ਕੇ ਆਉਂਦੀ ਹੈ ਅਤੇ ਆਪ ਲੈਂਦੀ ਹੈ। ਤੋ ਕਹਿਣ ਦਾ ਭਾਵ ਹੈ ਕਿ ਅਸੀਂ ਨਾਰਿਆਂ ਨਾਲ ਦੂਸਰਿਆਂ ਨਾਲ ਕੁਛ ਨਹੀਂ ਕਰ ਸਕਦੇ, ਅਸੀਂ ਤਾਂ ਸਿਰਫ ਇੱਕ ਆਪਣੇ ਬੱਚਿਆਂ ਦੀ ਕੁਆਲਿਟੀ ਬਣਾਓ, ਐਸੀ ਕੁਆਲਿਟੀ ਹੋਵੇ। ਸਾਡੇ ਕਈ ਬੱਚਿਆਂ ਨੇ ਆਪਣਾ ਅਕੈਡਮੀਆਂ ਦੇ ਵਿੱਚ ਪਿਆ, ਆਪਣੇ ਮਾਂ ਪਿਓ ਦੇ ਕੇਸ ਵੀ ਰਖਾ ਦਿੱਤੇ, ਸ਼ਰਾਬਾਂ ਵੀ ਛੁਡਾਤੀਆਂ, ਭੁੱਖ ਹੜਤਾਲ ਕਰ ਕਰਕੇ ਪਿੰਡਾਂ ਚੜ ਕੇ ਅਸੀਂ ਨਹੀਂ ਜਾਣਾ। ਤਾਂ ਕਹਿਣ ਦਾ ਭਾਵ ਹੈ ਵੀ ਇਹੋ ਜਿਹੇ ਬੱਚੇ ਪੈਦਾ ਕਰੋ ਜਿਹਦੇ ਨਾਲ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਾਰ ਸਾਹਿਬਜ਼ਾਦੇ ਵਾਰੇ ਸੀ, ਅਤੇ ਉਹ ਅਸੀਂ ਉਹ ਗੁਰਸਿੱਖੀ ਜੋ ਬੂਟਾ ਲਾਇਆ ਉਸ ਨੂੰ ਖਿਸਾ ਸਾਂਚੀ ਹੈ। ਇਸ ਵਕਤ ਗੁਰਮੁਖੋ ਉਹ ਵਕਤ ਆਇਆ ਆ, ਇਹ ਵਿੱਦਿਆ ਦਾ ਵਕਤ ਹੈ। ਜਿਸ ਜਿਸ ਕੌਮ ਕੋਲ ਵਿੱਦਿਆ ਆ, ਐਜੂਕੇ ਵੈਲਿਊਏਸ਼ ਐਜੂਕੇਸ਼ਨ ਆ, ਉਹ ਕੌਮ ਤਰੱਕੀ ਕਰਦੀ ਹੈ। ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ, ਹੁਣੇ ਇੱਕ ਕਿ ਮਹਾਂਪੁਰਸ਼ ਨੇ ਯਹੂਦੀਆਂ ਦੀ ਗੱਲ ਕੀਤੀ ਸੀ। ਮੈਂ ਜਦੋਂ ਡਾਇਰੈਕਟਰ ਆਫ ਐਗਰੀਕਲਚਰ ਸੀ ਤਾਂ ਮੈਨੂੰ ਗੌਰਮੈਂਟ ਆਫ ਮੇਮਾਚਾਲ ਨੇ ਯੂਰਪ ਭੇਜਿਆ ਸੀ, ਜਰਮਨੀ, ਹੋਰ ਵੀ ਸੈਕਟਰੀ ਸੈਂਟਰ ਤੋਂ ਗਏ ਸੀ। ਉੱਥੇ ਮੈਂ ਦੇਖਿਆ ਬੜੀ ਬੜੀ ਲੰਮੀਆਂ ਚਿਮਨੀਆਂ ਹੁੰਦੀਆਂ ਸੀ। ਜ਼ਿਮੀਂਦਾਰ ਨੂੰ ਪੁੱਛਿਆ ਕਿ ਕਹਿੰਦੇ ਜੀ ਇੱਥੇ ਯਹੂਦੀਆਂ ਨੂੰ ਉਹ ਚਿਮਨੀਆਂ ਦੇ ਵਿੱਚ ਬਾੜਦੇ ਸੀ, ਤਾਂ ਜਦੋਂ ਜ਼ਿਆਦਾ ਕੋਈ ਧੂੰਆਂ ਨਿਕਲਦਾ ਸੀ, ਇਹਨੇ ਸਮਝੋ ਅੱਜ ਬਹੁਤ ਵੱਡਾ ਯਹੂਦੀ ਉਹਦੇ 'ਚ ਬੜਿਆ ਹੋਇਆ। ਜਦੋਂ ਸਿਟਰ ਨੇ ਇੰਨੇ ਯਹੂਦੀ ਮਾਲ, ਇੱਕ ਲੱਖਾਂ ਯਹੂਦੀ ਮਾਰ ਦਿੱਤੇ, ਯਹੂਦੀ ਕੌਮ ਨੇ ਆ ਕੇ ਆਪਣਾ ਜਿਹੜਾ ਲਾ ਲਿਆ ਇਜ਼ਰਾਈਲ, ਅੱਜ ਗੁਰਮੁਖੋ ਅਮੈਰੀਕਾ ਦੇ ਵਿੱਚ ਇਨਡਾਇਰੈਕਟਲੀ ਇਕੋਨਮੀ ਦਾ ਜੋ ਕੰਟਰੋਲ ਕਰ ਰਹੇ ਨੇ ਉਹ ਯਹੂਦੀ ਕਰ ਰਹੇ ਨੇ, ਜੋ ਪੜ੍ਹੇ ਲਿਖੇ ਨੇ। ਹਰ ਇੱਕ ਯਹੂਦੀ ਮਾਂ ਆਪਣੇ ਬੱਚੇ ਨੂੰ ਆਪ ਸਕੂਲ ਛੱਡ ਕੇ ਆਉਂਦੀ, ਆਪ ਲਿਆਉਂਦੀ, ਦੂਸਰੇ ਨਾਲ ਨਹੀਂ ਮਿਲਣ ਦਿੰਦੀ। ਤੋ ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਇਹ ਸੋਚਣਾ ਚਾਹੀਦਾ ਇਸ ਲਈ ਕਿ ਅਸੀਂ ਹਿੰਦੁਸਤਾਨ 'ਚ ਗੁਰੂ ਨਾਨਕ ਦੀ ਪਨੀਰੀ ਜਿਹੜੀ ਹੈ ਉਹ ਅਸੀਂ ਮਨੋਰਟੀ ਦੇ ਵਿੱਚ ਹਾਂ, ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਲੋਕਾਂ ਨੂੰ ਦੱਸ ਸਕਦੇ ਹਾਂ ਕੁਆਲਿਟੀ, ਅਸੀਂ ਪੜ੍ਹੇ ਹੋਏਗੇ, ਸਾਡੇ ਬੱਚੇ ਪੜ੍ਹੇ ਹੋਣਗੇ, ਚੰਗੇ ਨੇਕ ਬਣਨਗੇ, ਔਰ ਉਹ ਫਿਰ ਲੋਕ ਕਹਿਣਗੇ ਵੀ ਕਿੱਥੋਂ ਆਏ ਹੋ ਤੁਸੀਂ, ਕੌਣ ਹੋ, ਪੁੱਛਣਗੇ, ਫਿਰ ਗੁਰੂ ਨਾਨਕ ਦੀ ਸਿੱਖੀ ਦਾ ਉਤਾ ਬੂਟਾ ਹਰਾ ਹੋਵੇਗਾ। ਸੋ ਇਹ ਕਹਿਣ ਦਾ ਮਾ ਭਾਵ ਇਹ ਆ ਕਿ ਸੰਤ ਅਤਰ ਸਿੰਘ ਮਹਾਰਾਜ ਕਿਸੇ ਸਕੂਲ ਕਾਲਜ 'ਚ ਨਹੀਂ ਗਏ, ਬੜੀ ਲੰਬੀ ਕਹਾਣੀ ਆ, ਜਪ ਤਪ ਕਰਕੇ ਅਖੀਰ 'ਤੇ ਮਸਤੂਆਂ ਨੇ ਉਹਨਾਂ ਨੇ ਡੇਰਾ ਲਾਇਆ, ਗੁਰਦੁਆਰਾ ਉਹਨਾਂ ਨੇ ਛੋਟਾ ਬਣਾਇਆ, ਲੜਕਿਆਂ ਦਾ ਸਕੂਲ ਬਣਾਇਆ, ਲੜਕਿਆਂ ਦਾ ਕਾਲਜ ਬਣਾਇਆ, ਲੜਕੀਆਂ ਦਾ ਕਾਲਜ ਬਣਾਇਆ, ਉਹ ਬਹੁਤ ਵੱਡੀਆਂ ਬਿਲਡਿੰਗਾਂ ਬਣਾਈਆਂ। ਜਿੰਨੇ ਮਹਾਂਪੁਰਸ਼ ਆਉਂਦੇ ਹੁੰਦੇ ਸੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ, ਕਹਿੰਦੇ ਮਹਾਂਪੁਰਸ਼ੋ ਤੁਸੀਂ ਇਹ ਕੀ ਕੀਤਾ, ਗੁਰੂ ਘਰ ਛੋਟਾ ਬਣਾਇਆ, ਇਹ ਕੁੜੀਆਂ ਮੁੰਡੀਆਂ ਦੀਆਂ ਬਿਲਡਿੰਗਾਂ ਵੱਡੀਆਂ ਬਣਾ ਦਿੱਤੀਆਂ। ਮਹਾਰਾਜ ਮੁਸਕਰਾ ਕੇ ਕਹਿੰਦੇ ਇਹਨਾਂ 'ਚੋਂ ਗੁਰਨਾਮ ਦੀ ਸਿੱਖੀ ਨਿਕਲਣੀ ਆ। ਗੁਰਮੁਖ ਬਿਲਕੁਲ ਠੀਕ, ਅੱਜ ਗੁਰਦੁਆਰਿਆਂ 'ਚ ਲੜਾਈਆਂ ਹੋ ਰਹੀਆਂ ਨੇ,
ਗੋਲ ਕੇ ਪਿੱਛੇ ਲੜਾਈਆਂ ਹੋ ਰਹੀਆਂ ਨੇ, ਉਹ ਬੱਚੇ ਵਿਚਾਰੇ ਜਾਂਦੇ ਨੇ ਉਹ ਕੀ ਕਰਨ, ਕੀ ਦੇਖਣ। ਇਹੋ ਜਿਹੇ ਸਕੂਲ ਹੋਣ ਜਿੱਥੇ ਕਿ ਤੁਹਾਨੂੰ ਨਾਲ ਗੁਰਮਤਿ ਵੀ ਦਿੱਤੀ ਜਾਏ, ਸਕੂਲ ਸਭ ਕੁਝ ਉੱਚਾ ਬੱਚਾ ਘੜਿਆ ਜਾਏ। ਇਹ ਨਹੀਂ ਮਾਡਰਨ ਐਜੂਕੇਸ਼ਨ 'ਚ ਨਹੀਂ, ਜਿਹੜੀ ਗੁਰੂ ਨਾਨਕ ਦੀ ਐਜੂਕੇਸ਼ਨ ਆ, ਜਿਹੜੀ ਵਿੱਦਿਆ ਆ, ਉਹਦੇ ਵਿੱਚ ਵੀ ਘੜਿਆ ਜਾਏ। ਸਾਡੇ ਕਈ ਬੱਚਿਆਂ ਨੇ ਜਾ ਕੇ ਆਪਣੇ ਮਾਂ ਪਿਓ ਦੇ ਕੇਸ ਵੀ ਰਖਾ ਤੇ, ਸ਼ਰਾਬਾਂ ਵੀ ਛੁਡਾ ਤੀਆਂ, ਇਹੋ ਜਿੱਦ ਕਰਕੇ। ਤਾਂ ਮੈਂ ਸਕੂਲ ਜਾਵਾਂਗਾ ਜੇ ਤੂੰ ਨਸ਼ ਕਰੇਗਾ। ਕਹਿੰਦਾ ਵਿਲ ਪਾਵਰ ਆ ਜਾਂਦੀ ਆ। ਤਾਂ ਗੁਰਮੁਖੋ ਸਾਨੂੰ ਅੱਜ, ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ, ਬਹੁਤ ਖੁਸ਼ੀ ਆ ਕਿ ਸਾਰੇ ਬੜੇ ਬੜੇ ਮਹਾਂਪੁਰਸ਼ ਆਏ ਨੇ, ਖਾਸ ਕਰ ਉਹਨੇ ਵਾਲੇ ਬੇਦੀ ਸਾਹਿਬ ਨੇ, ਗੁਰੂ ਨਾਨਕ ਦੀ ਬਖਸ਼ਿਸ਼ ਹੋਈ ਆ। ਰਾਮਪੁਰ ਖੇੜੇ ਵਾਲੇ ਇਹਨਾਂ ਦੇ ਤਾਂ ਮਹਾਂਪੁਰਸ਼ਾਂ ਨੇ ਉੱਥੇ ਨੀਂਹ ਪੱਥਰ ਵੀ ਰੱਖਿਆ। ਸੰਤ ਜੀ ਮਹਾਰਾਜ ਕੁਛ ਕੱਚਾ ਗੁਰਦੁਆਰਾ ਬਣਾਇਆ ਸੀ ਉੱਥੇ, ਔਰ 40 ਕਿਲੋਮੀਟਰ ਸੜਕ ਨਹੀਂ ਸੀ ਉਦੋਂ। ਉਦੋਂ ਸੰਤਾਂ ਨੇ ਕਿਹਾ ਸੀ, ਸੰਤ ਤੇਜਾ ਸੀ ਮਹਾਰਾਜ, ਇੱਥੇ ਸਾਰੀ ਦੁਨੀਆ 'ਚੋਂ ਬੱਚੇ ਪੜ੍ਹਨ ਕਰਨਗੇ। ਮੇਰੇ ਬਾਰੇ ਕਈ ਬੇਵਕੂਫ ਉੱਥੇ ਸਨ ਸੇਵਾਦਾਰ, ਉਹਨਾਂ ਨੇ ਕਿਹਾ ਮਹਾਰਾਜ ਤੁਸੀਂ ਇਹ ਕੀ ਵਚਨ ਕੀਤਾ, ਇੱਥੇ ਬਾਂਦਰ ਨੇ, ਰਿੱਛ ਨੇ, ਬਘਾੜ ਨੇ, 40 ਕਿਲੋਮੀਟਰ ਸੜਕ ਨੇ, ਅਤੇ ਤੁਸੀਂ ਕਿਹਾ ਸਾਰੀ ਦੁਨੀਆ 'ਚੋਂ ਬੱਚੇ ਆਣ ਪੜ੍ਹਨ ਆਣਗੇ? ਕਹਿਣਗੇ ਆਣਗੇ। ਗੁਰਮੁਖੋ ਅੱਜ ਸਾਰੀ ਦੁਨੀਆ 'ਚ ਉੱਥੇ ਬੱਚੇ ਆ ਕੇ ਪੜ੍ਹ ਰਹੇ ਨੇ। ਤਾਂ ਕਹਿੰਦਾ ਭਾਵ ਇਹ ਆ ਕਿ ਇਹ ਜਿਹੜਾ ਕਾਰਜ ਇਸ ਲਈ ਆ, ਅਸੀਂ ਸਿੱਖ ਕੌਮ ਨੂੰ ਸਾਰੀ ਨੂੰ ਬੇਨਤੀ ਕਰਾਂਗੇ ਜਿੰਨੀਆਂ ਆਰਗਨਾਈਜੇਸ਼ਨਾਂ ਨੇ, ਕਿ ਆਪਣਾ ਬੱਚਿਆਂ ਨੂੰ ਅਗਰ ਸੰਭਾਲ ਲਵਾਂਗੇ ਨਾ, ਸਾਨੂੰ ਕੋਈ ਫਿਕਰ ਨਹੀਂ, ਸਾਡੀ ਮਨੋਰਟੀ ਜਿਹੜੀ ਆ ਹਿੰਦੁਸਤਾਨ ਵਿੱਚ ਇੱਕ ਮੈਜੋਰਟੀ ਬਣ ਜਾਏਗੀ ਇੱਕ ਕੰਮ ਕਰਕੇ। ਇਹ ਲਫਜ਼ਾਂ ਨਾਲ ਦਾਜ ਸਾਰਿਆਂ ਦਾ ਖਿਵਾਂ ਜਾ ਸਕਿਆ। ਬਹੁਤ ਗੁਰਾਰ ਹੈ ਕਿ ਸਾਰਿਆਂ ਨੇ ਚਰਨ ਪਾਏ, ਖਾਸ ਕਰ ਬੇਦੀ ਸਾਹਿਬ ਨੇ, ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ਾਂ ਨੇ, ਹੋਰ ਵੀ ਮਹਾਂਪੁਰਸ਼ਾਂ ਦਾ ਮੈਨੂੰ ਯਾਦ ਨਹੀਂ ਹੁੰਦਾ, ਨਹੀਂ ਮਹਿਸੂਸ ਨਾ ਕਰਨਾ, ਸਾਰਿਆਂ ਨੇ ਚਰਨ ਪਾਏ ਨੇ। ਕੁਦਰਤੀ ਅਕੈਡਮੀ ਚੜ੍ਹਦੀ ਕਲਾਂ ਜਾਣੀ ਆ, ਜਿਹੜਾ ਚਰਨ ਪਏ ਚੜ੍ਹਦੀ ਕਲਾਂ ਜਾਏਗਾ। ਅਸੀਂ ਵੀ ਕੋਸ਼ਿਸ਼ ਪੂਰੀ ਕਰਾਂਗੇ ਕਿ ਇਹਨੂੰ ਇੱਕ ਐਸਾ ਸਕੂਲ ਬਣਾਈਏ ਤਾਂ ਜੇ ਲੁਧਿਆਣੇ ਤੋਂ ਬੱਚੇ ਇੱਥੇ ਆ ਕੇ ਪੜ੍ਹਨ। ਇਹ ਲਫਜ਼ਾਂ ਨੂੰ ਦੱਸ ਕੇ ਬਣਦਾ ਦੱਸ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸੰਤ ਬਾਬਾ ਇਕਬਾਲ ਸਿੰਘ ਜੀ, ਜੋ ਆਪਣੇ ਬਚਨਾਂ ਨਾਲ ਆਪ ਜੀ ਨੂੰ ਨਿਹਾਲ ਕਰ ਰਹੇ ਸਨ।